ਐਸਐਸਪੀ ਜਲੰਧਰ ਦੇਹਾਤੀ ਹਰ ਕਮਲਪ੍ਰੀਤ ਸਿੰਘ ਖੱਖ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਡੀਐਸਪੀ ਫਿਲੌਰ ਸਰਬਨ ਸਿੰਘ ਬਲ ਦੀ ਅਗਵਾਈ ਹੇਠ ਟ੍ਰੈਫਿਕ ਪੁਲਿਸ ਇੰਸਪੈਕਟਰ ਕੇਵਲ ਸਿੰਘ ਨੇ ਲੱਕੜ ਮੰਡੀ 'ਚ ਨਾਕਾ ਲਗਾ ਕੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਜੋ ਬੁਲਟ ਮੋਟਰਸਾਈਕਲ 'ਤੇ ਪ੍ਰੈਸ਼ਰ ਹੋਰਨ ਲਗਾ ਕੇ ਘੁੰਮਦੇ ਹਨ ਅਤੇ ਸਲੈਂਸਰਾਂ ਵਿੱਚ ਪਟਾਕੇ ਚਲਾਉਂਦੇ ਹਨ ਜੋ ਕਿ ਧਮਾਕਾ ਖੇਜ ਆਵਾਜ਼ ਕੱਢਦੇ ਹਨ, ਉਹਨਾਂ ਦੇ ਮੋਟਰਸਾਈਕਲ ਰੋਕ ਕੇ ਚੈਕਿੰਗ ਕੀਤੀ ਅਤੇ ਮੋਟੇ ਚਲਾਨ ਕੱਟੇ। ਇਸ ਮੌਕੇ ਉਹਨਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘੱਟ ਉਮਰ ਦੇ ਬੱਚਿਆਂ ਨੂੰ ਮੋਟਰਸਾਈਕਲ ਚਲਾਉਣ ਨਾ ਦੇਣ ਤਾਂ ਜੋ ਕੋਈ ਮਾੜੀ ਘਟਨਾ ਨਾ ਵਾਪਰ ਸਕੇ। ਇੰਸਪੈਕਟਰ ਕੇਵਲ ਸਿੰਘ ਨੇ ਇਹ ਵੀ ਦੱਸਿਆ ਕਿ ਟ੍ਰੈਫਿਕ ਨਿਯਮਾਂ ਦੀ ਇਨ ਬਿਨ ਪਾਲਣਾ ਕਰਵਾਉਣ ਲਈ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਉਹਨਾਂ ਵੱਲੋਂ ਵੱਖ ਵੱਖ ਥਾਵਾਂ 'ਤੇ ਨਾਕੇ ਲਗਾ ਕੇ ਚੈਕਿੰਗ ਕੀਤੀ। ਇਸ ਮੌਕੇ ਜਿੱਥੇ ਉਹਨਾਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਤਾੜਨਾ ਕੀਤੀ ਅਤੇ ਉਹਨਾਂ ਕਿਹਾ ਕਿ ਜਿੱਥੇ ਉਹਨਾਂ ਵੱਲੋਂ ਇੱਕ ਮੋਟਰਸਾਈਕਲ 'ਤੇ 3 ਸਵਾਰੀਆਂ ਬਿਨਾਂ ਹੈਲਮੈਟ 10 ਦੇ ਕਰੀਬ ਚਲਾਨ ਕੱਟੇ ਜਾ ਰਹੇ ਹਨ, ਉੱਥੇ ਹੀ ਬਿਨਾਂ ਕਾਗਜ਼ਾਤ ਵਾਲੇ 5 ਮੋਟਰਸਾਈਕਲਾਂ ਨੂੰ ਵੀ ਜ਼ਬਤ ਕੀਤਾ। ਉਹਨਾਂ ਅੱਗੇ ਕਿਹਾ ਕਿ ਨਿੱਤ ਨਾਕੇ ਲਗਾ ਕੇ ਚੈਕਿੰਗ ਕੀਤੀ ਜਾਵੇਗੀ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਮੇਰਾ ਨਾਮ ਇੰਸਪੈਕਟਰ ਕੇਵਲ ਸਿੰਘ ਹੈ। ਮੈਂ ਇੱਥੇ ਬਤੌਰ 112 ਤੇ ਟ੍ਰੈਫਿਕ ਇੰਚਾਰਜ ਲੱਗਾ ਜੇ ਫਲੋਰ ਦੇ ਵਿੱਚ। ਜਿਹੜੇ ਐਸਐਸਪੀ ਸਾਹਿਬ ਬਹਾਦਰ ਜਲੰਧਰ ਵੱਲੋਂ ਇਹ ਟੀਮਾਂ ਤਿਆਰ ਕੀਤੀਆਂ ਗਈਆਂ ਇੰਸਪੈਕਟਰ ਨਾਲ ਲਾ ਕੇ ਹਰ ਸਬ ਡਿਵੀਜ਼ਨ ਦੇ ਵਿੱਚ ਵੀ ਅਤੇ ਨਾਲ ਟ੍ਰੈਫਿਕ ਮੁਲਾਜ਼ਮ ਲਾਏ ਗਏ ਨੇ। 112 ਦੀਆਂ ਟੀਮਾਂ ਲਾਈਆਂ ਗਈਆਂ ਇਹ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਅਤੇ ਉਹ ਲੁੱਟਾਂ ਖੋਹਾਂ ਨੂੰ ਕੰਟਰੋਲ ਕਰਨ ਵਾਸਤੇ, ਸਨੈਚਿੰਗ ਨੂੰ ਕੰਟਰੋਲ ਕਰਨ ਵਾਸਤੇ ਲਾਈਆਂ ਗਈਆਂ ਜੀ। ਸਪੈਸ਼ਲੀ ਇਹਦੇ ਨਾਲ ਕਾਫੀ ਸਨੈਚਿੰਗ ਵਿੱਚ ਵੀ ਕਾਫੀ ਕੰਟਰੋਲ ਹੋਇਆ ਜੇ। ਅਤੇ ਬਾਕੀ ਜਿਹੜਾ ਹੈਗਾ ਕੁਛ ਸ਼ਿਕਾਇਤਾਂ ਆ ਰਹੀਆਂ ਵੀ ਸਕੂਲਾਂ ਦੇ ਛੁੱਟੀ ਦੇ ਟਾਈਮ ਜਿਹੜਾ ਗਰਲ ਸਕੂਲ ਆ ਉਹਨਾਂ ਦੇ ਕੁਛ ਮੰਡੀਰ ਵਾਧਾ ਜਿਹੜਾ ਆਣ ਕੇ ਆ ਉਹ ਗੇੜੇ ਮਾਰਦੇ ਆ, ਉਹਨਾਂ ਦੇ ਕਰਕੇ ਸਪੈਸ਼ਲੀ ਅਸੀਂ ਨਾਕੇ ਸਕੂਲਾਂ ਦੇ ਲਾਗੇ ਲਾਉਂਦੇ ਹਾਂ ਜਦੋਂ ਛੁੱਟੀ ਹੁੰਦੀ ਹੈ। ਅਤੇ ਜਿਹੜੇ ਵੀ ਵਹੀਕਲ ਬਿਨਾਂ ਕਾਗਜ਼ਾਂ ਦੇ ਚੱਲ ਰਹੇ ਨੇ ਉਹਨਾਂ ਦੇ ਅਸੀਂ ਸਪੈਸ਼ਲੀ ਚਲਾਨ ਕੱਟ ਰਹੇ ਹਾਂ। ਅੱਜ ਅਸੀਂ ਹੁਣ ਤੱਕ ਤਕਰੀਬਨ 7-8 ਮੋਟਰਸਾਈਕਲ ਬਾਊਂਡ ਕਰ ਚੁੱਕੇ ਹਾਂ ਜਿਹਨਾਂ ਦੇ ਕਾਗਜ਼ ਹੈ ਨਹੀਂ ਸੀ। ਘੱਟੋ ਘੱਟ ਵੀ 12-13 ਚਲਾਨ ਕਰ ਦਿੱਤੇ ਨੇ ਜਿਹੜੇ ਮੋਟਰ ਵਹੀਕਲ ਐਕਟ ਦੀਆਂ ਮਤਲਬ ਕਿ ਉਲੰਘਣਾ ਕਰ ਰਹੇ ਸੀਗੇ। ਹਾਂਜੀ, ਹੁੱਲੜਬਾਜ਼ਾਂ ਨੂੰ ਮੈਸੇਜ ਇਹੋ ਹੀ ਆ ਵੀ ਉਹ ਆਪਣਾ ਹੁਣ ਆਪਣਾ ਆਪਣੇ ਕੰਮਾਂ ਕਾਰਾਂ ਦੇ ਵਿੱਚ ਨਿੱਜੀ ਧਿਆਨ ਦੇਣ। ਇਹ ਜਿਹੜੀ ਹੁੱਲੜਬਾਜ਼ੀ ਕਰਦੇ ਹਨ ਕਿ ਸਕੂਲਾਂ ਦੇ ਅੱਗੇ ਜਾਂ ਕਾਲਜਾਂ ਦੇ ਅੱਗੇ ਤੁਰੇ ਫਿਰਦੇ ਆ, ਇਹ ਇਹਨਾਂ ਦੇ ਪੂਰੀ ਕੰਟਰੋਲ ਕੀਤਾ ਜਾਊਗਾ। ਇਹਨਾਂ ਦੇ ਚਲਾਨ ਕੱਟੇ ਜਾ ਰਹੇ ਆ, ਜੇ ਕੋਈ ਵੀ ਵਾਰਾਗਰਦ ਜਿਹੜਾ ਫਿਰ ਰਿਹਾ ਵਾ ਉਹਨੂੰ ਬਖਸ਼ਿਆ ਨਹੀਂ ਜਾਊਗਾ। ਹਾਂਜੀ, ਅਸੀਂ ਫਿਲਹਾਲ ਜਿਹੜਾ ਅਵੇਅਰਨੈਸ ਕਰ ਰਹੇ ਹਾਂ ਸਾਰਿਆਂ ਨੂੰ 18 ਸਾਲ ਤੋਂ ਘੱਟ ਕੋਈ ਵੀ ਵਹੀਕਲ ਨਹੀਂ ਚਲਾਊਗਾ, ਨਹੀਂ ਤਾਂ ਉਹਨਾਂ ਦੇ ਮਾਂ ਪਿਓ ਨੂੰ ਨਾ ਜਿਹਦੇ ਕੋਲ ਵਹੀਕਲ ਲੈ ਕੇ ਆ ਰਿਹਾ ਉਹਨਾਂ ਨੂੰ ਵੀ ਸਜ਼ਾ ਹੋ ਸਕਦੀ ਹੈ। ਇਹਦੇ ਨਾਲ ਕਾਫੀ ਕੰਟਰੋਲ ਹੋਇਆ ਵਾ, ਕੋਈ ਵੀ 18 ਸਾਲ ਤੋਂ ਘੱਟ ਹਾਲੇ ਤੱਕ ਨਹੀਂ ਚਲਾ ਰਿਹਾ, ਕੋਈ ਵਿਅਕਤੀ ਸਾਹਮਣੇ ਨਹੀਂ ਆਇਆ।